ਦੇਸ਼ ਵਿੱਚ ਵੱਸਦੇ ਸਮੂਹ ਪੰਜਾਬੀਆਂ ਨੂੰ ਜਸਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪ ਸਭ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਪਦਰੂ ਫਿਲਮ ਪ੍ਰੋਡਕਸ਼ਨ ਸੋਭਾ ਸਿੰਘ ਚਿੱਤਰਕਾਰ ਜੀ ਦੇ ਜੀਵਨੀ ਦੇ ਆਧਾਰ 'ਤੇ ਇੱਕ ਵੀਡੀਓ ਡਾਕੂਮੈਂਟਰੀ ਕਰ ਰਹੀ ਹੈ। ਉਸ ਵੀਡੀਓ ਡਾਕੂਮੈਂਟਰੀ ਦੀ ਫਿਲਮ ਬਾਰੇ ਇੱਕ ਅੱਜ ਸਰਦਾਰ ਜੀ ਅੰਮ੍ਰਿਤਸਰ ਤੋਂ ਸਾਡੇ ਨਾਲ ਨੇ, ਇਹਨਾਂ ਕੋਲੋਂ ਇਹਨਾਂ ਦੇ ਵਿਚਾਰ ਜਾਣਨਾ ਚਾਹੁੰਦੇ ਹਾਂ। ਆਪ ਗੱਲ ਸਾਰਿਆਂ ਨੂੰ, ਅਤੇ ਮੈਂ ਕਹਿੰਦਾ ਕਿ ਵਿਸ਼ਵ ਪ੍ਰਸਿੱਧ ਜਿਹੜੇ ਚਿੱਤਰਕਾਰ ਸੋਭਾ ਸਿੰਘ ਜੀ ਹੋਏ ਨੇ, ਉਹਨਾਂ ਦੇ ਬਾਰੇ ਡਾਕੂਮੈਂਟਰੀ ਬਣਾਉਣਾ ਇੱਕ ਬਹੁਤ ਹੀ ਸੋਹਣਾ ਉਪਰਾਲਾ ਹੈ। ਅਤੇ ਜਿਹੜਾ ਮੈਂ ਮਾਣ ਕਰਦਾ ਹਾਂ ਕਿ ਸਾਡੇ ਆਉਣ ਵਾਲੇ ਸਾਡੀ ਪੀੜ੍ਹੀ ਇਹ ਬੱਚੇ ਜਿਨ੍ਹਾਂ ਨੂੰ ਇਸ ਚੀਜ਼ ਦੇ ਬਾਰੇ ਨਹੀਂ ਪਤਾ ਕਿ ਸਾਡੇ ਗੁਰੂ ਸਾਹਿਬਾਨ ਦੀ ਆ ਜਿਹੜੀਆਂ ਆਪਾਂ ਫੋਟੋਆਂ ਦੇਖ ਰਹੇ ਨੇ, ਉਹ ਵਿਸ਼ਵ ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ਜੀ ਦੀ ਦੇਣ ਹੈ ਸਾਨੂੰ, ਕਿ ਸਾਨੂੰ ਪਤਾ ਲੱਗਿਆ ਕਿ ਸਾਡੇ ਗੁਰੂ ਸਾਹਿਬਾਨ ਐਕਚੁਅਲ 'ਚ ਜਿੱਤੇ ਕਿਹੋ ਜਿਹੇ ਹੋਣਗੇ, ਉਹਨਾਂ ਦਾ ਰੂਪ ਕਿਹੋ ਜਿਹਾ ਹੋਏਗਾ, ਕਿੰਨਾ ਉਹਨਾਂ ਦੇ ਮੂੰਹ 'ਤੇ ਨੂਰ ਹੋਏਗਾ। ਇਸ ਬਾਰੇ ਮੈਂ ਤਾਂ ਬਹੁਤ ਬਹੁਤ ਸਰਦਾਰ ਜੀ ਤੁਹਾਨੂੰ ਧੰਨਵਾਦ ਕਹਿੰਦਾ ਹਾਂ, ਅਤੇ ਭਗਵੀ ਫਿਲਮ ਪ੍ਰੋਡਕਸ਼ਨ ਦਾ ਧੰਨਵਾਦ ਕਰਦਾ ਹਾਂ। ਇੰਨੀ ਸੋਹਣੀ ਫਿਲਮ, ਇੰਨੀ ਸੋਹਣੀ ਫਿਲਮ ਅਤੇ ਫਿਲਮ 'ਤੇ ਇੰਨਾ ਸੋਹਣਾ ਆਈਡੀਆ, ਅਤੇ ਮੈਂ ਤਾਂ ਰੱਬ ਅੱਗੇ ਅੰਮ੍ਰਿਤਸਰ ਦੀ ਧਰਤੀ ਤੋਂ ਇਹ ਅਰਦਾਸ ਕਰਦਾ ਗੁਰੂ ਰਾਮਦਾਸ ਕਿ ਇਹਨਾਂ ਦੀ ਬਹੁਤ ਸੋਹਣੀ ਜਿਹੜੀ ਡਾਕੂਮੈਂਟਰੀ ਬਣੇ, ਇਸ ਦੇ ਨਾਲ ਹੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਸ ਫਿਲਮ ਦੇ ਨਾਲ ਨਾਲ ਹੀ ਇੱਕ ਵੀਡੀਓ ਡਾਕੂਮੈਂਟਰੀ ਹੋਰ ਪੇਸ਼ ਕਰ ਰਹੇ ਹਾਂ, ਵਰਲਡ ਫਸਟ ਵਰਲਡ ਵਾਰ ਦੇ ਰਿਲੇਸ਼ਨ ਇੱਕ ਵੀਡੀਓ ਡਾਕੂਮੈਂਟਰੀ ਕਰ ਰਹੇ ਹਾਂ। ਇਸ ਤੋਂ ਇਲਾਵਾ ਹੋਰ ਵੀ ਵੱਖ ਵੱਖ ਤਰੀਕਿਆਂ 'ਤੇ ਵੀਡੀਓ ਡਾਕੂਮੈਂਟਰੀਆਂ ਫਿਲਮ ਪ੍ਰੋਡਕਸ਼ਨ ਵੱਲੋਂ ਤਿਆਰ ਕੀਤੀਆਂ ਜਾਣਗੀਆਂ। ਧੰਨਵਾਦ।